Abbas, la multana le ho detto a non mola ranglave, ma da tre passi in albi mara, e hanno detto vedate di Mukan, Jallanwas, Abbas la mera beta muhte matam karanala, Gino Karan, e quel che mi cae su, Malka e Zanjobar Dori, Zainab, Ujergine, Terebabe Mahramzan, Chandrit, Ali de Mucu, Bevasnikla, Nalilla, Heva, Inna, Ilahira, Jau. ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ ਜਿਹੜੇ ਮਾਤਮੀ ਆਏ ਬੈਠੇ ਹੋ ਅਲੀ ਘਰ ਤਸ਼ਰੀਫ ਲਾਇਆ ਹੈ ਸਾਰੀਆਂ ਧੀਆਂ ਸਾਰੇ ਪੁੱਤਰ ਤੁਹਾਡੀ ਹਯਾਤੀ ਹੋਵੇ ਅਮੀਰ ਅਲ ਮੋਮਿਨਿਨ ਕੋਲ ਜਮਾ ਹੋ ਗਏ ਧੀਆਂ ਪੁੱਤਰ ਵੇਖਿਆ ਦਿਨ ਬਾਬਾ ਬਾਬਾ ਉਹ ਸਾਡਾ ਨਬੀਆਂ ਦਾ ਹੀ ਮੁਸ਼ਕਿਲ ਕੁਸ਼ਾ ਬਾਬਾ ਉਹ ਸਾਡਾ ਸ਼ੇਰੇ ਖੁਦਾ ਬਾਬਾ ਫਰਮੈਂ ਦਿਨ ਜੀ ਮੇਰੀ ਨੇਕ ਔਲਾਦ ਬਾਬਾ ਮਹਰਮਜ਼ਾਨ ਦਾ ਚੰਨ ਨਜ਼ਰ ਆ ਗਿਆ ਹੈ ਸਾਡਾ ਦਿਲ ਲਾਦਾ ਹੈ ਹਰ ਸਹਿਰੀ ਹਰ ਅਫਤਾਰੀ ਹਰ ਧੀ ਹਰ ਪੁੱਤਰ ਦੇ ਘਰ ਵੰਡ ਵੰਡ ਕੇ ਕਰੋ ਫਰਮੈਂ ਦਿਨ ਠੀਕ ਹੈ ਮੇਰੀ ਨੇਕ ਔਲਾਦ ਹੈ ਯਾਤੀ ਨੇ ਮੇਰੇ ਬਛੜੇ ਠੀਕ ਹੈ ਮੇਰੀ ਨੇਕ ਔਲਾਦ ਜਿਵੇਂ ਮੁਰਖੀਨ ਨੇ ਲਿਖੀ ਜ਼ਿੰਦਗੀ ਉਹ ਵੀ ਹੈ ਕਰਨ ਵਾਲਾ ਤੁਹਾਡੇ ਗਰੀਬਾਂ ਦੇ ਗਮ ਵਿੱਚ ਹੈ ਕੀਤੀ ਤਾਂ ਹੀ ਨਾ ਜ਼ੈਨਬ ਦੀ ਯਤੀਮੀ ਤੇ ਹਾਏ ਕੀਤੀ ਤਾਂ ਹੀ ਨਾ ਜੀ ਖਾਨ ਜੀ ਤੇਰੀ ਹਯਾਤੀ ਹੋਵੇ ਪਹਿਲੇ ਚੰਦ ਰੋਜ਼ੇ ਹਸਨ ਅਮੀਰ ਦੇ ਘਰ ਦੂਏ ਕਈ ਰੋਜ਼ੇ ਕਰਬਲਾ ਦੇ ਗਰੀਬ ਦੇ ਘਰ ਸਾਰੇ ਹਾਏ ਕਰਦੇ ਹੋਇਆ ਵੱਧ ਕਈ ਰੋਜ਼ੇ ਉਮਲ ਮਸਾਹਿਬ ਦੇ ਘਰ ਇਹ 18ਵਾਂ ਰੋਜ਼ਾ ਤੇਰੇ ਇਮਾਮ ਨੇ ਬੇਔਲਾਦ ਦੀ ਦੇ ਘਰ ਆ ਕੇ ਸ਼ਾਬ ਇਹ ਨਪਲਾ ਇਹਨੂੰ ਨਪਲਾ ਦੀ ਹਯਾਤੀ ਹੋ ਨੌਕਰ ਨੌਕਰਾਂ ਹਰ ਬੰਦੇ ਸੀਨੇ ਤੇ ਹੱਥ ਲਾਇਆ ਆਪਣਾ ਜਿੰਦਾ ਅਲੀ ਇਮਾਮ ਹੈ ਨੌਕਰ ਤੁਹਾਡਾ ਖਾਦਮ ਨੌਕਰਾਂ ਜੀ ਤੇਰੀ ਜ਼ਿੰਦਗੀ ਹੋਵੇ ਇਹਨਾਂ ਜਵਾਨਾਂ ਤੋਂ ਤਾਂ ਮੈਂ ਡਰਦਾ ਪਿਆ ਤੇ ਸ਼ਹਾਦਤ ਕਿਵੇਂ ਸੁਣ ਸਨ ਮੇਰੀ ਆਕਾਜ਼ਾਦੀ ਨੇ ਗਰਮ ਪਾਣੀ ਨਮਕ ਖਜੂਰਾਂ ਸ਼ਰਬਤ ਜਵਾਂ ਦੀ ਰੋਟੀ ਤੁਸੀਂ ਮੈਂ ਇੱਧਰ ਵੇਖਣਾ ਮੈਂ ਹੁਣ ਮਸਾਹਿਬ ਪੜਦਾ ਖਲਾਂ ਆਉਣ ਵਾਲਿਆਂ ਨੂੰ ਮਨਾ ਕਰੇ ਸਾਂ ਹੁਸੈਨ ਦੇ ਨਾਂ 'ਤੇ ਹੁਣ ਮਜਲਸ ਨਹੀਂ ਖਰਾਬ ਕਰਨੀ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਬਹਿ ਵਾਂ ਅੱਲਾ ਹਯਾਤੀ ਕਰੀ ਮੇਰਾ ਬੇਟਾ ਹਾਏ ਖੈ ਮੇਰੀ ਆਕਾਜ਼ਾਦੀ ਨੇ ਪੇਸ਼ ਕੀਤਾ ਹੈ ਹਯਾਤੀ ਹੋ ਵੀ ਅਲੀ ਫਰਮਾਨ ਕਲਸੂਮ ਕਲਸੂਮ ਜੀ ਬਾਬਾ ਮੇਰੀ ਦੀ ਤੈਨੂੰ ਪਤਾ ਤੇਰੇ ਬਾਬੇ ਇੱਕ ਵਕਤ ਚ ਪੰਜ ਖਾਣੇ ਕਦੀ ਨਹੀਂ ਖਾਦੇ ਤੂੰ ਮੈਂ ਵੇਖ ਹਯਾਤੀ ਹੋ ਯਾਰ ਕਿਹੜੇ ਦਰਦਾਂ ਵਾਲੇ ਬੰਦੇ ਆਏ ਬੈਠੇ ਹੋ ਰੋ ਕਿਆ ਦਿਨ ਇੱਕ ਖਾਣਾ ਚਾਹ ਲੈ ਮੇਰੀ ਆਕਾਜ਼ਾਦੀ ਗਰਮ ਪਾਣੀ ਚਾਵਣ ਲੱਗੀ ਹੈ ਫਿਰ ਮੈਨੂੰ ਸ਼ਰਬਤ ਚਾਹ ਲੈ ਹਾਏ ਆਦੀ ਬਾਬਾ ਤੁਸੀਂ ਸਾਲਮ ਦਿਨ ਦੇ ਰੋਜ਼ੇਦਾਰ ਹੋ ਤੁਹਾਨੂੰ ਪਿਆਸ ਮਜਬੂਰ ਕੀਤਾ ਸੀ ਫਰਮੈਂਦਨ ਸ਼ਰਬਤ ਚਾਹ ਲੈ ਮੰਨ ਕੇ ਰੱਖ ਚਾ ਮੇਰੀ ਅਮਾਨਤ ਆਈ ਸੁਬਹ ਦੇ ਟਾਈਮ ਇੱਕ ਮੇਰੇ ਮਹਿਮਾਨ ਆਉਣਾ ਹੈ ਮੈਂ ਸ਼ਰਬਤ ਮੰਗਾ ਗਲੇ ਸਾ ਤੂੰ ਸ਼ਰਬਤ ਦੇ ਭੇਜ ਵਾਹ ਬਈ ਵਾਹ ਹੌਸਲਾ ਹੌਸਲਾ ਯਾਰੇ ਤਾਜੀ ਮੰਜ਼ਰ ਬਣ ਗਏ ਅੱਗਾ ਸੁਣ ਸਨ ਕਿਵੇਂ ਨੌਕਰਾਂ ਤੇਰੀ ਹਯਾਤੀ ਹੋ ਮੇਰੇ ਬੇਟਾ ਨੌਕਰਾਂ ਮੈਂ ਤੁਹਾਡਾ ਖਾਦਮ ਹਾਂ ਤੇਰੀ ਹਯਾਤੀ ਤੈਨੂੰ ਮੌਲਾ ਸ਼ਫਾ ਦੇ ਵਿੱਚ ਅਨਸ਼ਾ ਅੱਲਾ ਜਾਣਦਾ ਹੈ ਸ਼ਰੀਫ ਅਜ਼ਾਦਾਰ ਹਾਂ ਤੇਰੇ ਇਮਾਮ ਨੇ ਰੋਜ਼ਾ ਇਫਤਾਰ ਕੀਤਾ ਦੀਆਂ ਕੋਲ ਆਏ ਪੁੱਤਰ ਕੋਲ ਆਏ ਹਸਨ ਜੀ ਬਾਬਾ ਲਾਲ ਤੂੰ ਵੱਡਾ ਹੈ ਇਮਾਮ ਹੈ ਮੇਰੀ ਪੱਗ ਦਾ ਮਾਲਕ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਮੇਰੀ ਔਲਾਦ ਦੀ ਪਾਰਤ ਹੋ ਗਈ ਠੀਕ ਹੈ ਬਾਬਾ ਮੇਰਾ ਲਾਲ ਮੇਰੇ ਦਰਵਾਜ਼ੇ ਤੂੰ ਕੋਈ ਯਤੀਮ ਮਸਕੀਨ ਮੌਤਾਜ ਖਾਲੀ ਨਾ ਹੋ ਯਾਤੀ ਹੋ ਵੀ ਤੂੰ ਤਾਂ ਸਹੀ ਆ ਤੁਹਾਡਾ ਤਾਂ ਹੱਕ ਬਣਦਾ ਹੀ ਹਾਂ ਠੀਕ ਹੈ ਬਾਬਾ ਮੇਰਾ ਲਾਲ ਮੈਂ ਚੰਦ ਜਾਨਵਰ ਪਾਲਿਓ ਬਤਕਾਂ ਤਾਰੀਖਾਂ ਪੜ੍ਹ ਕੇ ਵੇਖਿਆ ਉਹਨਾਂ ਦੀ ਪਾਰਤ ਹੋ ਵੀ ਬਾਬਾ ਠੀਕ ਹੈ ਮੇਰੇ ਲਾਲ ਮੇਰੀ ਔਲਾਦ ਦੀ ਪਾਰਤ
ਮੇਰੀਆਂ ਧੀਆਂ ਦੀ ਪਾਰਤ, ਮੇਰਾ ਲਾਲ ਜ਼ਿੰਦਗੀ ਦਾ ਪਤਾ ਕੋਈ ਨਹੀਂ, ਅੱਗੋਂ ਈਦ ਆਵਾਂ ਨਾ ਲਈਏ, ਮੇਰੀ ਜ਼ੈਨਬ ਨੂੰ ਈਦ ਜ਼ਰੂਰ ਦੇਵੇ। ਇੰਨਾ ਆਖੇ ਬਾਬੇ ਤੋਂ ਬਾਅਦ ਮੇਰਾ ਪੇਕਾ ਬੂਹਾ ਬੰਦ ਹੋ ਗਿਆ। ਹੌਸਲਾ ਹੌਸਲਾ ਹਜਵਾਨੀਆਂ ਮਾਣੋ, ਅੰਦਰ ਪਿਓ ਦੀ ਮੁਕਾਨ ਝੱਲਣ ਆਈ ਬੈਠੀ ਹੋ ਸੀ ਅਲੀ ਦੀ। ਮੈਂ ਸਾਰਾ ਮਜ਼ਮੂਨ ਛੋੜ ਦਿੱਤਾ ਹੈ। ਫਰਮੈਂਦੇ ਨੇ ਮੇਰੇ ਨੇਕ ਔਲਾਦ, ਹਯਾਤੀ ਹੋਵੀ ਹਯਾਤੀ ਹੋਵੀ, ਵੰਨੋ ਸਮ ਮੰਨੋ, ਔਲਾਦ ਸਮ ਗਈ, ਤੁਹਾਡਾ ਪਹਿਲਾ ਇਮਾਮ ਨਾ ਸੁੱਤਾ, ਸਾਰੀ ਰਾਤ ਅਲੀ ਤਾਰੇ ਗਿਣਦੇ ਰਹਿਣ। ਅੱਜ ਸਹਿਜੀ ਦਾ ਟਾਈਮ ਹੋਇਆ, ਇਹ ਜਿਹੜੀ ਹੁਣ ਸਹਿਰੀ ਆਉਣੀ ਹੈ ਨਾ, ਹੁਣ ਆ ਜਿਹੜੀ ਤੁਸੀਂ ਕਰਨੀ ਹੈ, ਇਹ ਸਹਿਰੀ ਦਾ ਟਾਈਮ ਹੋਇਆ। ਨੌਕਰਾਂ ਅਲੀ ਇਸੇ ਬੇ ਔਲਾਦ ਧੀ ਦੇ ਘਰੋਂ ਸਹਿਰੀ ਕੀਤੀ ਹੈ, ਇਹਨੂੰ ਜਗ੍ਹਾ ਦੇ, ਤੇਰੀ ਹਯਾਤੀ ਹੋਵੇ। ਅਲੀ ਨੇ ਸਹਿਰੀ ਕੀਤੀ, ਅਲੀ ਨੇ ਵਜ਼ੂ ਕੀਤਾ, ਵੱਤ ਵੱਤ ਧੀਆਂ ਨੂੰ ਚੁੰਮਦੇ, ਖੈਲੇ ਸਰ ਚੁੰਮਦੇ, ਖੈਲੇ ਪੇਸ਼ਾਨੀ। ਅਲੀ ਵੱਤ ਵੱਤ ਆਪਣੇ ਘਰ ਦਰਵੇ ਦਿਨ ਹਾਲ ਵੇਲਾ, ਮੈਂ ਤੇਰਾ ਨੌਕਰ ਹਾਂ, ਮੈਂ ਤੇਰਾ ਨੌਕਰ ਹਾਂ ਜੀ ਬਾਬਾ ਜੀ, ਨੌਕਰ ਹਾਂ। ਮੁਰਖੀਨ ਨੇ ਲਿਖਿਆ ਤ੍ਰੈ ਵਾਰੀ ਅਲੀ ਵਾਪਿਸ ਹਟੇ, ਜ਼ੈਨਬ ਤੇ ਕਲਸੂਮ ਦੇ ਵੱਤ ਵੱਤ ਸਰ ਚੁੰਮੇ ਨੇ। ਛੋਟੀ ਭੈਣ ਵੱਡੀ ਨੂੰ ਆਦੀ ਕਾਈ ਖੈਰ ਨਹੀਂ, ਬਾਬਾ ਜਿਹੜੇ ਸਾਦੇ ਸਰ ਚੁੰਮਦਾ ਨਾ, ਯਤੀਮਾਂ ਵਾਂਗ ਚੁੰਮਦਾ ਹੈ। ਸ਼ਾਬਾਸ਼ ਇੰਨੇ ਹੱਕ ਹੈ ਯਾਰ ਤੁਹਾਡੀ ਜ਼ਿੰਦਗੀ ਦਾ। ਅਲੀ ਟੁਰ ਪਏ, ਅਲੀ ਡੇਢੀ ਦਾ ਮੋੜ ਪਵਨ, ਬਤਕਾ ਨੇ ਆ ਕੇ ਅਲੀ ਦੀ ਦਾਮਨਗੀਰੀ ਕੀਤੀ ਹੈ। ਆਪਣੀ ਬੋਲੀ ਵਿੱਚ ਬੋਲ ਕੇ ਆਦੀਆਂ, ਜ਼ੈਨਬ ਦਾ ਬਾਬਾ ਬਾਹਰ ਨਾ ਮਾਨ, ਤੇਰੇ ਬਗੈਰ ਸਾਡਾ ਕੋਈ ਨਹੀਂ। ਪਰ ਮੈਂ ਤੈਨੂੰ ਘਬਰੀਓ ਨਹੀਂ, ਮੈਂ ਹਸਨ ਨੂੰ ਪਾਰ ਤਾਂ ਕੀਤੀ ਹੋਏ ਨਾ। ਨੌਕਰ ਤੁਹਾਡਾ ਪਹਿਲਾ ਇਮਾਮ ਅੱਜ ਸੁਬੋ ਮਸਜਿਦ ਕੂਫਾ ਵਿੱਚ ਆਏ, ਆ ਕੇ ਡਿੱਠਣ ਅਬਦੁਲ ਰਹਿਮਾਨ ਇਬਨ ਮੁਲਜ਼ਮ, ਬੇਸ਼ੁਮਾਰ ਇਹ ਬੇਗੈਰਤ ਮੂੰਹ ਦੇ ਬਾਹਰ ਸੁੱਤੋ ਆਈ, ਸੀਨੇ ਦੇ ਥੱਲੇ ਖੰਜਰ, ਜ਼ਹਿਰ ਦੀ ਪਾਣ ਲੱਗੀ ਹੋ, ਤੇਰੀ ਹਯਾਤੀ ਹੋਵੇ। ਅਲੀ ਨੇ ਪੈਰ ਦੀ ਠੋਕਰ ਮਾਰੀਏ, ਪਰ ਮੈਨੂੰ ਠੀਕ, ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰੇ ਨਾ, ਇਹਨਾਂ ਬੱਚਿਆਂ ਤੂੰ ਮੈਂ ਵੇਖਦਾ ਪਿਆ, ਬੱਚੇ ਜੂ ਮੂੰਹ ਤੇ ਮਾਤਮ ਕਰੇਂਦੇ ਪੈਣ, ਮੇਰਾ ਪੁੱਤ ਰੱਜ ਕੇ ਕਰ ਲਿਆ, ਤੇਰੀ ਹਯਾਤੀ ਹੋਵੇ। ਨੌਕਰ ਆ ਨੌਕਰ ਆ, ਅਲੀ ਗੁਰਦਸਤੇ ਆਜ਼ਾਨ ਤੇ ਆਏ ਖਿਜ਼ਰ ਸ਼ਾਹ ਜੀ, ਅੱਲਾ ਜਾਣਦਾ ਅਲੀ ਦੇ ਮੂੰਹ ਚੋਂ ਨਿਕਲਿਆ ਅੱਲਾਹ ਅਕਬਰ, ਜ਼ੈਨਬ ਦੀ ਕਲਸੂਮ ਕਾਈ ਖੈਰ ਨਹੀਂ, ਸਾਡੇ ਬਾਬੇ ਦਾ ਡੁੱਖਾ ਬੁਲਾਰਾ ਹੈ। ਹਯਾਤੀ ਉਹਨੇ ਜੀ ਨੌਕਰ ਜੀ ਨੌਕਰ ਜੀ ਨੌਕਰ, ਅਲੀ ਨੇ ਆਜ਼ਾਨ ਮੁਕਾਈ, ਤੁਹਾਡੇ ਮੌਲਾਓ ਨੇ ਦੋ ਰਕਾਤ ਨਮਾਜ਼ ਨਵਾਫਲ ਪੜ੍ਹਨਾ ਸ਼ੁਰੂ ਕੀਤੀ ਹੈ, ਪਹਿਲੀ ਰਕਾਤ ਖਤਮ ਹੋਈ ਹੈ, ਦੂਜੀ ਰਕਾਤ ਨੀਤੀ ਹੈ। ਅੱਲਾ ਜਾਣ ਤੇਰਾ ਨੌਕਰ ਇਹ ਬੇਗੈਰਤ ਆਇਆ ਹੈ, ਦੂਜੀ ਰਕਾਤ ਚਲੀ ਦੀ ਪੇਸ਼ਾਨੀ ਤੇ ਜ਼ਰਾ ਮਾਰੀ, ਜ਼ਰਬ ਦਾ ਲਗਣਾਈ ਅਰਸ਼ ਹਲਿਆ ਹੈ, ਫਰਿਸ਼ਤਿਆਂ ਤਸਬੀ ਛੋੜ ਮਾਤਮ, ਤੁਹਾਡੀ ਹਯਾਤੀ ਹੋਵੇ। ਸਰਦਾਰ ਮਲਾਇਕਾ ਨੇ ਸਰ ਤੂੰ ਤਾਜ ਲਾਇਆ ਹੈ, ਫਰਿਸ਼ਤੇ ਨੇ ਨਿਦਾ ਦਿੱਤੀ ਹੈ, ਕਦ ਕੋ ਤੇ ਲਾਲਾ ਮੀਨਲ ਮੋਮਨੀ, ਇਹ ਮਰ ਵੈਸੇ ਇਹ ਮਰ ਵੈਸੇ ਹਰ ਕਹਿ ਸੁਣੀਏ, ਜਿਵੇਂ ਜ਼ੈਨਬ ਸੁਣੀਏ ਇੰਜ ਕਹਿ ਨਹੀਂ ਸੁਣੀ, ਵੇੜੇ ਤ੍ਰੈ ਵਾਰੀ ਡੱਠੀਏ, ਦੌੜਨਾ ਸ਼ੁਰੂ ਕੀਤਾ, ਹਸਨ ਕੋਲ ਆਈਏ ਨਹੀਂ, ਹੁਸੈਨ ਕੋਲ ਆਈਏ ਜਵਾਨੋ ਨਹੀਂ, ਉੱਥੇ ਆਈਏ ਜਿੱਥੇ ਗਾਜ਼ੀ ਵਜ਼ੂ ਪਿਆ ਕਰੇਂਦਾ, ਆਦੀਏ ਤੋਏ ਨਹੀਂ ਸੁਣਿਆ, ਮੈਂ ਉਜੜਦੀ ਪਈ ਆ ਹਯਾਤੀ ਉਹਨੇ ਛੋੜ ਦੇਵਾਂ। ਅੱਛਾ
जी मेरा बेटा हाथ ना जोड़, जी नौकरा थोड़ा नौकरा तारीखा ने लिखे सब तू पहले हसन आया है, प्यो ते हसन आया है, आओ के डिठस मुसल्ला रंगीन रतना अली दी दाढ़ी रंगीन अल्लाह जानदे हसन प्यो ते झड़न लगे फरमेंदन मैनू छोड़ पहले बाओ जमात नमाज अदा करा नमाजी खानदान तेरी जवानी सलामत रहे मातम करण आला हसन ने जमात कराई यकीन बर्दाश्त करे सन अल्लाह जानदा जमात खत्म होई है अली नु शाजी मस्जिद च रोवण दी आवाज आई अली ने जख्मी पेशानी चा के डिठे गाजी सार तू अमा मलाई वदा वत वत हुसैन दे पैरा ते सटे दवदा है आदा वदा मैनू प्यो दे कातिल दा ना दास मेरे जम्मन दा केड़ा फायदा करो मातम हौसला इनू नप लै इनू नप लै इन नप लै जी नौकर हाय खिजर शाह मरवैसली जी नौकर नौकरों तुहाड़ा खादिमा जी नौकरा पुत्रां चाया ना करेंदा सारियां गल्लां पुत्रां चाया प्यो नू घर लै आंदा हा धियां रुनियां पुत रुने उन्नी दा दिन गुजर गया वीह दी रात वीह दा दिन ढलिया है ज़ैनब हसन नू सदिया है आदि में मेरा अमीर बिरा कोई डॉक्टर सदावे आ वाह वाह तू सजोड़ा है भाई इन्हें हके तारीखा ना लिखे आए हसन ने जराह नू सदे आए पर दोया जरा दे मौला नहीं बच दे हाय हयाती है मौला नहीं बच दे जिस हथियार नाल उस जख्म कीता है उन जहर दी पाण लगी हुई आई अल्लाह जानते हुसैन दी झोली है चली दा सर अली दियां अखां बंद आएं हुसैन जुरुना है हुसैन दियां अन्नू अली दे रुखसारे ते पईआं अली दियां खुलिए फरमेंदन क्यों मेरा गरीब बचड़ा क्यों रोना है आदा बाबा डॉक्टर आखे गहरा जख्म हो गया है फरमेंदन मेरे एक जख्म नु रोना है तेरे जख्म च जख्म हो तलवारां च तीरां दे जख्म मातम जी नौकर इन बच्चों की हालत खराब हो गई है बेटा मैं छुड़ेंदा पिया जिसल महिला खत्म होवे गलियां च रुविया है बाजार च रुविया है लोगों नू पता लग गया इन्हां दा पहला इमाम शहीद हो गया जी नौकर ओ मैं थोड़ा नौकर नौकर हाँ और तेरी जिंदगी दराज होवे लै पई आ रात इक्की दी रात इक्की दी रात हयाती हो भी इक्की दी रात मेरा बेटा यार जड़ मातमी बैठे हो इक्की दी रात लत्थी हाय अली सज्जे रिठा अली खब्बे रिठा हाय हाय हसन दे बाबा कैनू वे दियो फरमेंदे मेरा लाल मेरिया धीया ही को लो मेरे पोतरी को लो सैयदा दे ज़ैनब मेरे सामने आदि बाबा मैनू बड़ा शर्म आदे मातमी आए बैठे हो जी नौकर तुहाडा नौकर हयाती हो अली फरमेंदे मेरी ने एक औलाद हाय मेरिया धीया मेरे पोत मेरी जिंदगी का कोई पता नहीं मैं झट दा मेहमान हाँ मेरी जिंदगी दियां दो चीजा रह गई केड़ी केड़ी शायक सजदा है खुतबा चिट्ठीदारी वाला
ਜਿਵੇਂ ਜ਼ੈਨਬ ਬੈਠੀ ਆ ਉੱਠੀ ਆਦੀ ਹੈ ਜਿਹੜਾ ਔਖਾ ਕੰਮ ਈਦੀ ਦੇ ਜ਼ਿੰਮੇਦਾਰ ਹੌਸਲਾ ਹੌਸਲਾ ਜਿਹੜਾ ਔਖਾ ਕੰਮ ਈ ਪੁੱਤਰਾਂ ਦੇ ਜ਼ਿੰਮੇ ਲਾ ਉਹ ਜਿਹੜੇ ਮਾਤਮੀ ਬੈਠੇ ਹੁਸੈਨ ਤੜਪਿਆ ਹੈ ਆਦੇ ਬਾਬਾ ਸਜਦਾ ਮੈਂ ਦੇਸਾ ਮੈਂ ਇਹਦੇ ਸਾਂ ਸਰ ਮੈਂ ਰੱਖਣਾ ਹੈ ਲਾਏ ਕੋਈ ਹੋਰ ਵੈਸੀ ਜ਼ੈਨਬਾਦੀਏ ਬਾਬਾ ਹੈ ਸਜਦਾ ਦੇਸੀ ਮੈਂ ਖੁਤਬਾ ਪੜਸਾ ਮੈਂ ਇਹੋ ਜਿਹਾ ਖੁਤਬਾ ਪੜਸਾ ਹਰ ਦਰਬਾਰੀ ਆਖਸੀ ਓ ਅਲੀ ਆ ਗਈ ਤੁਹਾਡੀਆਂ ਹਯਾਤੀਆਂ ਭੈਣਾਂ ਭਰਾਵਾਂ ਦੀਆਂ ਵਸੀਤਾਂ ਕੀਤੀਆਂ ਉਹ ਜਿਹੜੇ ਮਾਤਮੀ ਬੈਠੇ ਹੋ ਅਲੀ ਤਰਾਏ ਵਾਰੀ ਸੱਜੇ ਡਿੱਠਾ ਹੈ ਜਮਾਂ ਲਓ ਤਰਾਏ ਵਾਰੀ ਖੱਬੇ ਹਸਨ ਦੇ ਬਾਬਾ ਕਣੂਏ ਦਿਓ ਸਯਦਾ ਦੇ ਮੈਨੂੰ ਗਾਜ਼ੀ ਨਜ਼ਰ ਨਹੀਂ ਪਿਆਂਦਾ ਦਰਵਾਜ਼ੇ ਤੁਕੂ ਗਾਈਏ ਨੌਕਰ ਤੱਕ ਇਸ ਵੇਲੇ ਦਾ ਆਇਆ ਖਲਾਏ ਅਲੀ ਆਦੇ ਅੰਦਰ ਕਿਉਂ ਨਹੀਂ ਉਹ ਆਉਂਦਾ ਆਦਾ ਕਿਵੇਂ ਆਵਾਂ ਜ਼ੈਨਬ ਵਾਲ ਖੋਲ ਕੇ ਰੋ ਆਦਮ ਤੁਹਾਡੀਆਂ ਜ਼ਿੰਦਗੀ ਜਵਾਨੀਆਂ ਮਾਰੋ ਉਹ ਮਾਂ ਪਿਓ ਨੂੰ ਨਸੀਬ ਹੋ 21 ਦੀ ਸੁਬਾਹ ਦਾ ਟਾਈਮ ਹੋਇਆ ਮੁਅੱਜ਼ਿਨ ਨੇ ਆਜ਼ਾਨ ਦਿੱਤੀ ਹਸਨ ਪਿਓ ਦਰ ਡਿੱਠਾ ਇਨਾ ਲਿਲਾਹਿ ਜੇ ਬਰਦਾਸ਼ਤ ਕਰੋ ਤਪੜਾ ਜੀ ਨੌਕਰਾਂ ਪੁੱਤਰਾਂ ਗੁਸਲ ਦਿੱਤਾ ਪੁੱਤਰਾਂ ਕਫਨ ਦਿੱਤਾ ਉਹ ਜਿਹੜੇ ਮਾਤਮੀ ਆਏ ਬੈਠੇ ਹੋ ਦੀਗਰ ਦਾ ਟਾਈਮ ਆਈ ਪੁੱਤਰਾਂ ਸ਼ਾਦੀ ਜਨਾਜ਼ਾ ਚ ਆਇਆ ਸੱਜਾ ਪਾਵਾ ਹਸਨ ਪਿਆ ਖੱਬਾ ਪਾਵਾ ਹੁਸੈਨ ਇੱਕ ਪਾਵਾ ਮੁਹੰਮਦ ਹਨਫੀਆ ਇੱਕ ਪਾਵਾ ਅਬਾਸ ਨਪਿਆ ਇਹ ਵੇਲੇ 4-5 ਕਦਮ ਟੁਰੇ ਜ਼ੈਨਬ ਤੂੰ ਮਿੱਟੀ ਛੁੱਟ ਗਈ ਏ ਆਦੀ ਗਾਜ਼ੀ ਮੇਰੇ ਪਿਓ ਦੀ ਮੰਜੀ ਦਾ ਪਾਵਾ ਛੋੜ ਅਬਾਸ ਪਾਵਾ ਛੋੜਿਆ ਏ ਜ਼ੈਨਬ ਪਿਓ ਦੀ ਮੰਜੀ ਦਾ ਪਾਵਾ ਸਾਰਦੇ ਰੱਖ ਆਦੀ ਹੁਣ ਤਾਂ ਰਾਜ਼ੀ ਏ ਮੈਂ ਤੇਰੇ ਜਨਾਲ ਆਇਆ ਵਿਆ ਬੱਤੀਆਂ ਬੁਝਾ ਦਿਆ ਏ ਮੱਥਾ ਗਰੀਬ ਦੀਆਂ ਧੀਆਂ ਨਾਲ ਨੂੰ ਤਾਈ ਦਾਦਾ ਪਿਆ ਅੱਜ ਵਿੱਚ ਕੂਫਾ ਦੇ ਉਹ ਭੱਜ ਗਈ ਹੈ ਜ਼ੈਨਬ ਦੀ ਪੇਕੀਆ ਜੀ ਅੱਜ ਵਿੱਚ ਕੂਫਾ ਦੇ ਅੱਜ ਵਿੱਚ ਕੂਫਾ ਦੇ ਅੱਜ ਵਿੱਚ ਕੂਫਾ ਦੇ ਉਹ ਭੱਜ ਗਈ ਹੈ ਜ਼ੈਨਬ ਦੀ ਪੇਕੀਆ ਸੇ ਗੱਲ ਲਾਗੇ ਕਵਾਏਦੇ ਗੱਲ ਲਾਗੇ ਕਵਾਏਦੇ ਹਾਏ ਰੋਂਦੇ ਆਨੋ ਸਰਵਰ ਦੇ ਪਾਕ ਨਿਵਾਸੇ ਖਾਤੂਨ ਦੀਆਂ ਧੀਆਂ ਹਾਏ ਨੂੰਹਾਂ ਨੂੰ ਆਇਆ ਕੂਫਾ ਸ਼ਾਹੇ ਨਾਰਾਸੇ ਤੇ ਵੱਡਾ ਪੱਕੜ ਦੀਵਾਰਾ ਵੱਡਾ ਪੱਕੜ ਦੀਵਾਰਾ ਵੱਡਾ ਪੱਕ ਮਾਤਾ ਮੈਂ ਹੁਸੈਨ ਅੱਜ ਵਿੱਚ ਕੂਫਾ ਦੇ ਅੱਜ ਵਿੱਚ ਕੂਫਾ ਦੇ ਅੱਜ ਵਿੱਚ ਈਦ ਨਾ ਕਰਿਆ ਹਰ ਧੀ ਦੇ ਦਿਲ ਦੀ ਆਸੋਂ ਦੀ ਜੈ ਪਈਏ ਈਦ ਫਿਤਰ ਦੀ ਹਸਨੈਨ ਬਿਰਾ